ਤੁਹਾਨੂੰ ਕਾਂਗਰਸ ਭਵਨ ਦੀਆਂ ਤਸਵੀਰਾਂ ਵਿਖਾਣੇ ਆ। ਕਾਂਗਰਸ ਭਵਨ ਦੀਆਂ ਤਸਵੀਰਾਂ ਨੇ ਜਿਸ ਢੰਗ ਦੇ ਨਾਲ ਪਾਰਟੀ ਆਲਾ ਕਮਾਨ ਦੀ ਤਰਫੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਐਲਾਨ ਦਿੱਤਾ ਗਿਆ, ਉਸ ਤੋਂ ਬਾਅਦ ਜਸ਼ਨ ਦਾ ਮਾਹੌਲ ਹੈ। ਤੁਸੀਂ ਵੇਖ ਸਕਦੇ ਹੋ ਆ ਜਸ਼ਨ ਦਾ ਮਾਹੌਲ ਹੈ। ਨਵਜੋਤ ਸਿੰਘ ਸਿੱਧੂ ਦੇ ਸਮਰਥਕ ਜਿਹੜੇ ਨੇ ਉਹ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ, ਨਾਲ ਲੈਂਦੇ ਹੋਏ ਨਜ਼ਰ ਆ ਰਹੇ ਨੇ। ਗੱਲਬਾਤ ਵੀ ਕਰਾਂਗੇ। ਹਾਂਜੀ, ਪ੍ਰਧਾਨ ਐਲਾਨ ਦਾ ਆਖਿਰਕਾਰ ਪਾਰਟੀ ਆਲਾ ਕਮਾਨ ਹੈ ਨਵਜੋਤ ਸਿੰਘ ਸਿੱਧੂ। ਬਿਲਕੁਲ, ਦੇਖੋ ਮੂੰਹ ਮਿੱਠਾ ਕਰਾਇਆ ਜਾ ਰਿਹਾ, ਤਸਵੀਰਾਂ ਦਿਖਾ ਰਿਹਾ ਤੁਹਾਨੂੰ ਪਾਰਟੀ ਦਫ਼ਤਰ ਦੀਆਂ। ਇਹ ਕਾਂਗਰਸੀ ਮੁਖਿਆਲਾ ਜਿੱਥੋਂ ਦੀਆਂ ਤਸਵੀਰਾਂ ਦਿਖਾ ਰਿਹਾ। ਹਾਂਜੀ, ਕੀ ਕਹੋਗੇ? ਵੀਰੇ ਬਹੁਤ ਬਹੁਤ ਵਧਾਈਆਂ ਨਵਜੋਤ ਸਿੱਧੂ ਜਾਨ ਨਾਲ। ਇੱਕ ਸਾਡੇ ਮਨ 'ਚ ਇਹ ਸੀਗਾ ਬਈ ਅਸੀਂ ਪੰਜਾਬ 'ਚ ਦੁਬਾਰਾ ਕਿੱਦਾਂ ਆਵਾਂਗੇ, ਪਰ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਰਾਹੁਲ ਗਾਂਧੀ, ਸੋਨੀਆ ਗਾਂਧੀ, ਪ੍ਰਿਅੰਕਾ ਗਾਂਧੀ ਜੀ ਦੇਣ ਦੀ ਵਜ੍ਹਾ ਨਾਲ ਅੱਜ ਸਿੱਧੂ ਸਾਹਿਬ ਨੂੰ ਪ੍ਰਧਾਨ ਬਣਾ ਕੇ ਸਾਡੇ ਪੰਜਾਬ 'ਚ ਇੱਕ ਵਾਰੀ ਦੁਬਾਰਾ ਹਲਚਲ ਹੋ ਗਈ। ਬਹੁਤ ਖੁਸ਼ੀ ਨਾਲ ਜਿਹੜਾ ਕਾਰਜਕਰਤਾ ਬੂਥ ਤੇ ਜਿਹੜਾ ਵਰਕਰ ਹੈ ਪੂਰੇ ਜੋਸ਼ ਹੈ, ਜਨੂਨ ਚ ਹੈ, ਔਰ ਇੱਕ ਵਾਰੀ ਫਿਰ 2022 ਚ ਅਸੀਂ ਜਿੱਤ ਪ੍ਰਾਪਤ ਕਰਾਂਗੇ। ਬਿਲਕੁਲ ਜੋਸ਼ ਦਿਖਾ ਰਿਹਾ, ਔਰ ਢੋਲੀ ਵੀ ਵਿਖਾਵਾਂਗੇ। ਆਹ ਢੋਲੀ ਮੈਂ ਪਹਿਲਾਂ ਵੀ ਦਿਖਾਇਆ ਸੀ, ਅੱਜ ਵੀ ਤੁਹਾਨੂੰ ਮੈਂ ਆਹੀ ਢੋਲੀ ਦਿਖਾ ਰਿਹਾ। ਹਾਂਜੀ, ਅੱਜ ਇੱਦਾਂ ਜੋਸ਼ ਹੋਰ ਹੀ ਕਹਿੰਦਾ ਨਜ਼ਰ ਆ ਰਿਹਾ। ਜਸ਼ਨ ਦਾ ਮਾਹੌਲ ਹੈ, ਔਰ ਇਸ ਜਸ਼ਨ ਦੇ ਵਿੱਚ ਆਣੇ ਬਿਲਕੁਲ ਦੇਖੋ ਤੁਹਾਨੂੰ ਤਸਵੀਰਾਂ ਲਗਾਤਾਰ ਦਿਖਾ ਰਿਹਾ। ਹਾਂਜੀ, ਕੀ ਕਹੋਗੇ? ਔਰ ਬੈਨਰ ਵੀ ਦਿਖਾਊਂਗਾ ਤੁਹਾਨੂੰ, ਬੈਨਰ ਵੀ ਲੱਗ ਚੁੱਕਿਆ ਹੈ। ਇਹ ਪਾਰਟੀ ਮੁਖਿਆਲਾ ਦੀ ਤਸਵੀਰਾਂ ਨੇ ਜਿੱਥੇ ਬੈਨਰ ਲੱਗ ਗਿਆ ਨਵਜੋਤ ਸਿੰਘ ਸਿੱਧੂ ਦਾ। ਕਾਂਗਰਸ ਦਫ਼ਤਰ ਦੀ ਜੇਕਰ ਗੱਲ ਕਰੀਏ ਤੇ ਕਾਂਗਰਸ ਦਫ਼ਤਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਜਿਹੜਾ, ਕਿੱਦਾਂ ਦੇਖਦੇ ਹੋ ਫੈਸਲੇ ਨੂੰ? ਇਹ ਪੰਜਾਬ ਦੇ ਸਵਰਨ ਯੁੱਗ ਦਾ ਆਗਾਜ਼ ਹੈ। ਅੱਜ ਹਰ ਦਿਲ ਪੰਜਾਬੀ ਦੇ ਅਜ਼ੀਜ਼ ਗੱਲ ਦੀ ਪ੍ਰਿਅੰਕਾ ਗਾਂਧੀ, ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਜੀ ਨੇ ਸਿਰੇ ਚਾੜਿਆ। 2022 ਚ ਕਾਂਗਰਸ ਪੂਰੀ ਬਹੁਮਤ ਨਾਲ ਸਰਕਾਰ ਬਣਾ ਕੇ ਵਾਪਿਸ ਆਈ। ਨਵਾਂ ਜੋਸ਼ ਜਿਹੜਾ ਵੇਖਣ ਨੂੰ ਮਿਲ ਰਿਹਾ, ਔਰ ਭੰਗੜੇ ਪੈਂਦੇ ਨਜ਼ਰ ਆ ਰਹੇ ਨੇ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਰਿਹਾ। ਇਸ ਵਕਤ ਰਾਤ ਦਾ ਟਾਈਮ ਹੈ, ਔਰ ਰਾਤ ਵੇਲੇ ਜਿਹੜੇ ਇੱਥੇ ਭੰਗੜੇ ਪੈਂਦੇ ਨਜ਼ਰ ਆ ਰਹੇ ਨੇ, ਤਕਰੀਬਨ 11 ਵਜੇ ਦੇ ਆਸ ਪਾਸ ਦਾ ਸਮਾਂ, ਔਰ ਇਸ 11 ਵਜੇ ਇਸ ਸਮਾਂ ਦੇ ਵਿੱਚ ਇੱਥੇ ਲੱਡੂ ਵੰਡੇ ਜਾ ਰਹੇ ਨੇ, ਇੱਥੇ ਢੋਲ ਵੱਜ ਰਹੇ ਨੇ, ਇੱਥੇ ਭੰਗੜੇ ਪੈ ਰਹੇ ਨੇ। ਕਾਂਗਰਸ ਭਵਨ ਦੀ ਤਸਵੀਰਾਂ ਨੇ, ਆਹ ਕਾਂਗਰਸ ਭਵਨ ਦੀਆਂ ਤਸਵੀਰਾਂ ਨੇ ਜਿੱਥੇ ਜਸ਼ਨ ਦਾ ਆਗਾਜ਼ ਹੋ ਚੁੱਕਿਆ ਹੈ। ਚੰਡੀਗੜ੍ਹ ਦੇ ਵਿੱਚ ਜਸ਼ਨ ਦਾ ਆਗਾਜ਼ ਜਿਹੜਾ ਉਹ ਹੋ ਚੁੱਕਿਆ ਹੈ, ਔਰ ਆਹ ਜਸ਼ਨ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ। ਬੈਨਰ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਸ ਢੰਗ ਦੇ ਨਾਲ ਬੈਨਰ ਵੀ ਇੱਥੇ ਨਵਾਂ ਲਾ ਦਿੱਤਾ ਗਿਆ ਹੈ, ਜਿਸ ਦੇ ਵਿੱਚ ਸਿੱਧੇ ਤੌਰ ਤੇ ਇੱਥੇ ਵੈਲਕਮ ਸਿੰਘ ਸਿੱਧੂ ਤਸਵੀਰਾਂ ਜਿਹੜੀਆਂ ਨੇ ਉਹ ਦਿਖਾ ਰਿਹਾ। ਇਸ ਵਕਤ ਕਾਂਗਰਸ ਭਵਨ ਦੀਆਂ ਤਸਵੀਰਾਂ ਨੇ ਜਿੱਥੇ ਲਗਾਤਾਰ ਗਰਮ ਜੋਸ਼ੀ ਦੇ ਨਾਲ ਪਾਰਟੀ ਆਲਾ ਕਮਾਨ ਦੇ ਇਸ ਫੈਸਲੇ ਦਾ ਸਵਾਗਤ ਹੋ ਰਿਹਾ। ਹਾਂਜੀ, ਗਰਮ ਜੋਸ਼ੀ ਦੇ ਨਾਲ ਪਾਰਟੀ ਆਲਾ ਕਮਾਨ ਦੇ ਫੈਸਲੇ ਦਾ ਸਵਾਗਤ ਹੋ ਰਿਹਾ। ਸਰ, ਸਭ ਤੋਂ ਪਹਿਲਾਂ ਤਾਂ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਪੰਜਾਬ ਦੇ ਵਿੱਚ ਅੱਜ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ ਤੇ ਪੂਰਾ ਪੰਜਾਬ ਇਸ ਨਾਲ ਬਹੁਤ ਜ਼ਿਆਦਾ ਖੁਸ਼ ਹੈ ਤੇ ਪੰਜਾਬ ਦੇ ਵਿੱਚ ਇੱਕ ਨਵੀਂ ਲਹਿਰ ਉੱਠੀ ਹੈ ਨਵਜੋਤ ਸਿੰਘ ਸਿੱਧੂ ਜੀ। ਦੇਖੋ, ਕਹਿੰਦੇ ਪੰਜਾਬ ਦੀ ਲੋੜ ਸੀ ਨਵਜੋਤ ਸਿੰਘ ਸਿੱਧੂ ਨੂੰ, ਔਰ ਅੱਜ ਪਾਰਟੀ ਆਲਾ ਕਮਾਨ ਨੇ ਜਿਹੜਾ ਫੈਸਲਾ ਲਿਆ ਉਸਨੇ ਨਾਲ ਉਸ ਦੇ ਵਿੱਚ ਇੱਕ ਹੋਰ ਜੋਸ਼ ਜਿਹੜਾ ਉਹ ਭਰਨ ਦਾ ਕੰਮ ਕੀਤਾ ਹੈ। ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹਨਾਂ ਦਾ ਪੋਸਟਰ ਲੱਗ ਚੁੱਕਿਆ, ਇੱਕ ਵੱਡਾ ਬੈਨਰ ਜਿਹੜਾ ਉਹ ਲਾ ਦਿੱਤਾ ਗਿਆ। ਜਿਹੜੀਆਂ ਤਸਵੀਰਾਂ ਮੈਂ ਤੁਹਾਨੂੰ ਦਿਖਾ ਰਿਹਾ, ਆ ਬੋਰਡ ਜਿਹੜਾ ਪਹਿਲਾਂ ਹੀ ਤਿਆਰ ਸੀ ਕਿਉਂਕਿ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਨੇ ਉਹਨਾਂ ਨੂੰ ਉਮੀਦ ਸੀ ਕਿ ਔਰ ਅੱਜ ਜਦੋਂ ਫੈਸਲਾ ਹੋਇਆ ਉਸਦੇ ਤੁਰੰਤ ਬਾਅਦ ਆ ਨਵਾਂ ਪੋਸਟਰ ਜਿਹੜਾ ਇੱਥੇ ਲੱਗਦਾ ਹੋਇਆ ਵੀ ਨਜ਼ਰ ਆ ਰਿਹਾ। ਤੁਹਾਨੂੰ ਦਿਖਾਉਣਾ ਵੀ ਚਾਹਾਂਗੇ ਕਿਸ ਢੰਗ ਦੇ ਨਾਲ ਇੱਕ ਨਵਾਂ ਪੋਸਟਰ ਜਿਹੜਾ ਉਹ ਇੱਥੇ ਲਾ ਦਿੱਤਾ ਗਿਆ, ਜਿਸ ਦੇ ਵਿੱਚ ਵੱਡੀ ਸਾਰੀ ਫੋਟੋ ਜਿਹੜੀ ਹੈ ਨਵਜੋਤ ਸਿੰਘ ਸਿੱਧੂ ਦੀ ਲਾਈ ਗਈ ਹੈ, ਔਰ ਬਾਹਰ ਯੂਥ ਜਿਹੜਾ ਢੋਲ ਦੇ ਨਗਾੜਿਆਂ ਦੇ ਉੱਪਰ ਨੱਚਦਾ ਨਜ਼ਰ ਆ ਰਿਹਾ, ਭੰਗੜੇ ਪੈਂਦੇ ਇੱਥੇ ਨਜ਼ਰ ਆ ਰਹੇ ਨੇ, ਨਵਜੋਤ ਸਿੰਘ ਸਿੱਧੂ ਜ਼ਿੰਦਾਬਾਦ ਦੇ ਨਾਅਰੇ ਲੱਗਦੇ ਹੋਏ ਨਜ਼ਰ ਆ ਰਹੇ ਨੇ। ਯਾਨੀ ਗਰਮ ਜੋਸ਼ੀ ਦੇ ਨਾਲ ਪਾਰਟੀ ਆਲਾ ਕਮਾਨ ਦੇ ਇਸ ਫੈਸਲੇ ਦਾ ਸਵਾਗਤ ਹੁੰਦਾ ਹੋਇਆ ਨਜ਼ਰ ਆ ਰਿਹਾ। ਤਸਵੀਰਾਂ ਵਿਖਾਈਆਂ ਸੀ, ਉਸ ਤੋਂ ਬਾਅਦ ਕੱਲ ਦੀਆਂ ਵੀ ਤਸਵੀਰਾਂ ਦਿਖਾਈਆਂ, ਔਰ ਅੱਜ ਰਾਤ 11 ਵਜੇ ਵੀ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਉਹ ਲਗਾਤਾਰ ਵਿਖਾ ਰਿਹਾ ਵੱਖ ਵੱਖ ਥਾਵਾਂ ਤੇ। ਇਸੇ ਤਰ੍ਹਾਂ ਦਾ ਜਸ਼ਨ ਦਾ ਮਾਹੌਲ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ। ਕੈਮਰਾਮੈਨ ਵਿਕਾਸ ਦੇ ਨਾਲ ਵਿਨੀਤ ਕਪੂਰ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।
ਰਹੇ ਹੋ ਤੁਸੀਂ ਮੈਂ ਪਵੰਦੀਆਂ ਤਸਵੀਰਾਂ ਪਵੰਦੀਆਂ ਤਸਵੀਰਾਂ ਨੇ ਜਿਸ ਢੰਗ ਦੇ ਨਾਲ ਪਾਰਟੀ ਆਲਾ ਕਮਾਨ ਦੀ ਤਰਫੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਐਲਾਨ ਦਿੱਤਾ ਗਿਆ ਉਸ ਤੋਂ ਬਾਅਦ ਜਸ਼ਨ ਦਾ ਮਾਹੌਲ ਹੈ ਤੁਸੀਂ ਵੇਖ ਜਸ਼ਨ ਦਾ ਮਾਹੌਲ ਹੈ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਜਿਹੜੇ ਨੇ ਉਹ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ ਢੋਲ ਨਗਾੜਿਆਂ ਦੇ ਨਾਲ ਇੱਥੇ ਭੰਗੜੇ ਪੈਂਦੇ ਹੋਏ ਨਜ਼ਰ ਆ ਰਹੇ ਨੇ ਗੱਲਬਾਤ ਵੀ ਕਰਾਂਗੇ ਹਾਂਜੀ ਪ੍ਰਧਾਨ ਐਲਾਨ ਦਾ ਆਖਿਰਕਾਰ ਪਾਰਟੀ ਆਲਾ ਕਮਾਨ ਹੈ ਨਵਜੋਤ ਸਿੰਘ ਸਿੱਧੂ ਦੇਖੋ ਮੂੰਹ ਮਿੱਠਾ ਕਰਾਇਆ ਜਾ ਰਿਹਾ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਪਾਰਟੀ ਦਫ਼ਤਰ ਦੀਆਂ ਲੈ ਜਿੱਥੋਂ ਦੀਆਂ ਤਸਵੀਰਾਂ ਦਿਖਾ ਰਿਹਾ ਹਾਂਜੀ ਕੀ ਕਹੋਗੇ ਵੀਰੇ ਬਹੁਤ ਬਹੁਤ ਵਧਾਈਆਂ ਨਵਜੋਤ ਸਿੱਧੂ ਜਹਾਨ ਨਾਲ ਇੱਕ ਸਾਡੇ ਮਨ ਚ ਇਹ ਸੀਗਾ ਬਈ ਅਸੀਂ ਪੰਜਾਬ ਚ ਦੁਬਾਰਾ ਕਿੱਦਾਂ ਆਵਾਂਗੇ ਪਰ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਰਾਹੁਲ ਗਾਂਧੀ ਸੋਨੀਆ ਗਾਂਧੀ ਪ੍ਰਿਯੰਕਾ ਗਾਂਧੀ ਜੀ ਦੇਣ ਦੀ ਵਜ੍ਹਾ ਨਾਲ ਅੱਜ ਸਿੱਧੂ ਸਾਹਿਬ ਨੂੰ ਪ੍ਰਧਾਨ ਬਣਾ ਕੇ ਸਾਡੇ ਪੰਜਾਬ ਚ ਇੱਕ ਵਾਰ ਦੁਬਾਰਾ ਚੱਲ ਹੋ ਗਈ ਬਹੁਤ ਖੁਸ਼ੀ ਨਾਲ ਮਾਹੌਲ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਜਿਹੜਾ ਕਾਰਜਕਰਤਾ ਬੂਥ ਤੇ ਜਿਹੜਾ ਵਰਕਰ ਪੂਰੇ ਜੋਸ਼ ਇੱਕ ਵਾਰੀ ਫਿਰ 2022 ਚ ਅਸੀਂ ਜਿੱਤ ਪ੍ਰਾਪਤ ਕਰਾਂਗੇ ਜੋਸ਼ ਦਿਖਾ ਰਿਹਾ ਔਰ ਢੋਲੀ ਵੀ ਵਿਖਾਵਾਂਗੇ ਆਹ ਢੋਲੀ ਮੈਂ ਪਹਿਲਾਂ ਵੀ ਦਿਖਾਇਆ ਸੀ ਅੱਜ ਵੀ ਤੁਹਾਨੂੰ ਮੈਂ ਆਹੀ ਢੋਲੀ ਦਿਖਾ ਰਿਹਾ ਹਾਂਜੀ ਅੱਜ ਇੱਥੇ ਜੋਸ਼ ਹੋਰੀ ਕਹਿੰਦਾ ਨਜ਼ਰ ਆ ਰਿਹਾ ਜਸ਼ਨ ਦਾ ਮਾਹੌਲ ਹੈ ਔਰ ਇਸ ਜਸ਼ਨ ਦੇ ਵਿੱਚ ਆਣੇ ਬਿਲਕੁਲ ਦੇਖੋ ਤੁਹਾਨੂੰ ਤਸਵੀਰਾਂ ਲਗਾਤਾਰ ਦਿਖਾ ਰਿਹਾ ਹਾਂਜੀ ਕੀ ਕਹੋਗੇ ਬਹੁਤ ਖੁਸ਼ੀ ਦਾ ਦਿਨ ਆ ਜੀ ਅੱਜ ਨੌਜਵਾਨਾਂ ਦੀ ਧੜਕਣ ਦਿਲਾਂ ਦੀ ਨੂੰ ਪ੍ਰਧਾਨ ਲਗਾਇਆ ਗਿਆ ਪੰਜਾਬ ਕਾਂਗਰਸ ਦਾ ਲੋਕਾਂ ਦੇ ਵਿੱਚ ਅੱਧੀ ਰਾਤ ਨੂੰ ਜਸ਼ਨ ਮਨਾਏ ਜਾ ਰਹੇ ਨੇ ਜਿੰਦਾਬਾਦ ਜੋਸ਼ ਇਹ ਯੂਥ ਹੈ ਜਿਸਦਾ ਜੋਸ਼ ਔਰ ਬੈਨਰ ਵੀ ਦਿਖਾਊਂਗਾ ਤੁਹਾਨੂੰ ਬੈਨਰ ਵੀ ਲੱਗ ਚੁੱਕਿਆ ਹੈ ਪਾਰਟੀ ਮੁਖਿਆਲਿਆ ਦੀ ਤਸਵੀਰਾਂ ਨੇ ਜਿੱਥੇ ਬੈਨਰ ਲੱਗ ਗਿਆ ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਦਫ਼ਤਰ ਦੀ ਜੇਕਰ ਗੱਲ ਕਰੀਏ ਤੇ ਕਾਂਗਰਸ ਦਫ਼ਤਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਉਹ ਬੈਨਰ ਲੱਗ ਗਿਆ ਹਾਂਜੀ ਕਿੱਦਾਂ ਦੇਖਦੇ ਹੋ ਫੈਸਲੇ ਨੂੰ ਇਹ ਪੰਜਾਬ ਦੇ ਸਵਰਨ ਯੁੱਗ ਦਾ ਆਗਾਜ਼ ਹੈ ਅੱਜ ਹਰ ਦਿਲ ਪੰਜਾਬੀ ਦੇ ਅਜ਼ੀਜ਼ ਗੱਲ ਦੀ ਪ੍ਰਿਯੰਕਾ ਗਾਂਧੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਜੀ ਨੇ ਸਿਰੇ ਚਾੜਿਆ 2022 ਚ ਕਾਂਗਰਸ ਪੂਰੀ ਬਹੁਮਤ ਨਾਲ ਸਰਕਾਰ ਬਣਾ ਕੇ ਵਾਪਸ ਆਈ ਜਿਹੜਾ ਭੰਗੜੇ ਪੈਂਦੇ ਨਜ਼ਰ ਆ ਰਹੇ ਨੇ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਇਸ ਵਕਤ ਰਾਤ ਦਾ ਟਾਈਮ ਹੈ ਔਰ ਰਾਤ ਵੇਲੇ ਜਿਹੜੇ ਇੱਥੇ ਭੰਗੜੇ ਪੈਂਦੇ ਨਜ਼ਰ ਆ ਰਹੇ ਨੇ ਤਕਰੀਬਨ 11 ਵਜੇ ਦੇ ਆਸ ਪਾਸ ਦਾ ਸਮਾਂ ਔਰ ਇਸ 11 ਵਜੇ ਇਸ ਸਮਾਂ ਦੇ ਵਿੱਚ ਇੱਥੇ ਲੱਡੂ ਵੰਡੇ ਜਾ ਰਹੇ ਨੇ ਇੱਥੇ ਢੋਲ ਵੱਜ ਰਹੇ ਨੇ ਇੱਥੇ ਭੰਗੜੇ ਪੈ ਰਹੇ ਨੇ ਕਾਂਗਰਸ ਭਵਨ ਦੀ ਤਸਵੀਰਾਂ ਨੇ ਆਹ ਕਾਂਗਰਸ ਭਵਨ ਦੀਆਂ ਤਸਵੀਰਾਂ ਨੇ ਜਿੱਥੇ ਜਸ਼ਨ ਦਾ ਆਗਾਜ਼ ਹੋ ਚੁੱਕਿਆ ਹੈ ਚੰਡੀਗੜ੍ਹ ਦੇ ਵਿੱਚ ਜਸ਼ਨ ਦਾ ਆਗਾਜ਼ ਜਿਹੜਾ ਉਹ ਹੋ ਚੁੱਕਿਆ ਹੈ ਔਰ ਆਹ ਜਸ਼ਨ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਬੈਨਰ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਸ ਢੰਗ ਦੇ ਨਾਲ ਬੈਨਰ ਵੀ ਇੱਥੇ ਨਵਾਂ ਲਾ ਦਿੱਤਾ ਗਿਆ ਹੈ ਜਿਸ ਦੇ ਵਿੱਚ ਸਿੱਧੇ ਤੌਰ ਤੇ ਇੱਥੇ ਵੈਲਕਮ ਕੀਤਾ ਜਾ ਰਿਹਾ ਹੈ ਨਵਜੋਤ ਸਿੰਘ ਸਿੱਧੂ ਦਾ ਆਹ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਉਹ ਦਿਖਾ ਰਹੇ ਹਾਂ ਇਸ ਵਕਤ ਕਾਂਗਰਸ ਭਵਨ ਦੀਆਂ ਤਸਵੀਰਾਂ ਨੇ ਜਿੱਥੇ ਲਗਾਤਾਰ ਗਰਮ ਜੋਸ਼ੀ ਦੇ ਨਾਲ ਪਾਰਟੀ ਆਲਾ ਕਮਾਨ ਦੇ ਇਸ ਫੈਸਲੇ ਦਾ ਸਵਾਗਤ ਹੋ ਰਿਹਾ ਹਾਂਜੀ ਗਰਮ ਜੋਸ਼ੀ ਦੇ ਨਾਲ ਪਾਰਟੀ ਆਲਾ ਕਮਾਨ ਦੇ ਫੈਸਲੇ ਦਾ ਸਵਾਗਤ ਸਾਰੀ ਸਭ ਤੋਂ ਧੰਨਵਾਦ ਕਰਦੇ ਹਾਂ ਤੇ ਪੰਜਾਬ ਦੇ ਵਿੱਚ ਅੱਜ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ ਤੇ ਪੂਰਾ ਪੰਜਾਬ ਇਸ ਨਾਲ ਬਹੁਤ ਜ਼ਿਆਦਾ ਖੁਸ਼ ਹੈ ਤੇ ਪੰਜਾਬ ਦੇ ਵਿੱਚ ਇੱਕ ਨਵੀਂ ਲਹਿਰ ਉੱਠੀ ਹੈ ਨਵਜੋਤ ਸਿੰਘ ਸਿੱਧੂ ਜੀ ਦੀ ਦੇਖੋ ਕਹਿੰਦੇ ਪੰਜਾਬ ਦੀ ਲੋੜ ਸੀ ਨਵਜੋਤ ਸਿੰਘ ਸਿੱਧੂ ਨੂੰ ਔਰ ਅੱਜ ਪਾਰਟੀ ਆਲਾ ਕਮਾਨ ਨੇ ਜਿਹੜਾ ਫੈਸਲਾ ਲਿੱਤਾ ਹੈ ਉਸਨੇ ਨਾਲ ਯੂਥ ਜਿਹੜਾ ਉਸ ਦੇ ਵਿੱਚ ਇੱਕ ਹੋਰ ਜੋਸ਼ ਜਿਹੜਾ ਉਹ ਭਰਨ ਦਾ ਕੰਮ ਕੀਤਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹਨਾਂ ਦਾ ਸਿੱਧੇ ਤੌਰ ਤੇ ਇੱਕ ਪੋਸਟਰ ਲੱਗ ਚੁੱਕਿਆ ਇੱਕ ਵੱਡਾ ਬੈਨਰ ਜਿਹੜਾ ਉਹ ਲਾ ਦਿੱਤਾ ਗਿਆ ਜਿਹੜੀਆਂ